ਆਏ ਦਿਨ ਭੋਲੇ ਭਾਲੇ ਲੋਕਾਂ ਨੂੰ ਠੱਗਣ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ। ਪਿਛਲੇ ਕੁਝ ਸਾਲਾਂ ਤੋਂ ਫਰਜ਼ੀ ਈਗਲ ਐਸਟੇਟ ਕੰਪਨੀ ਬਣਾ ਕੇ ਆਸ-ਪਾਸ ਦੇ ਸ਼ਹਿਰ ਦੇ ਲੋਕਾਂ ਨੂੰ ਆਪਣੇ ਜਾਲ ਵਿੱਚ ਫਸਾ ਕੇ ਕਰੋੜਾਂ ਰੁਪਏ ਠੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਂਚ ਅਧਿਕਾਰੀ ਜਸਵਰਿੰਦਰ ਸਿੰਘ ਦਾ ਕਹਿਣਾ ਹੈ ਕਿ ਏਐਸਆਈ ਦਰਸ਼ਨ ਲਾਲ ਨੇ ਜ਼ਿਲ੍ਹਾ ਜਲੰਧਰ ਦੇ ਨਾਲ ਲੱਗਦੇ ਸ਼ਹਿਰ ਨਕੋਦਰ ਦੇ ਪਿੰਡ ਗੁਜਰਾਂ 'ਚ ਛਾਪੇਮਾਰੀ ਕਰਕੇ ਕੰਪਨੀ ਦੇ ਮੈਨੇਜਰ ਪਰਮਜੀਤ ਸਿੰਘ ਨੂੰ ਫੜਨ 'ਚ ਸਫਲਤਾ ਹਾਸਲ ਕੀਤੀ ਹੈ। ਉਹਨਾਂ ਦਾ ਕਹਿਣਾ ਹੈ ਕਿ ਇਹਨਾਂ ਨੇ ਭੋਲੇ ਭਾਲੇ ਲੋਕਾਂ ਦੇ ਨਾਲ ਲੋਕਾਂ ਨੂੰ ਝੂਠੀਆਂ ਤਸੱਲੀਆਂ ਦੇ ਕੇ 7 ਕਰੋੜ 61 ਲੱਖ ਦੀ ਠੱਗੀ ਮਾਰੀ ਹੈ। ਮਾਨਯੋਗ ਐਸਐਸਪੀ ਸਾਹਿਬ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਅਤੇ ਡੀਐਸਪੀ ਸਾਹਿਬ ਗੁਰੂ ਹਰ ਸਾਹਿਬ ਦੀ ਗਵਾਹੀ ਹੇਠ ਅੱਜ ਸਾਨੂੰ ਭਾਰੀ ਸਫਲਤਾ ਹਾਸਲ ਹੋਈ ਹੈ, ਕਿਉਂਕਿ ਇੱਕ ਜਿਹੜਾ 164 ਨੰਬਰ ਮੁਕੱਦਮਾ 18 ਦੇ ਵਿੱਚ ਅਸੀਂ ਇੱਥੇ 420/67/71 ਦਾ ਜਿਹੜੀ ਵਿਜੀਲੈਂਸ ਦੀ ਇਨਕੁਆਇਰੀ 'ਤੇ ਮਮਦੋਟ ਏਰੀਏ ਅਤੇ ਜਲਾਲਾਬਾਦ ਦੇ ਏਰੀਏ ਦੇ ਵਿੱਚ ਭੋਲੇ ਭਾਲੇ ਲੋਕਾਂ ਦੇ ਨਾਲ ਠੱਗੀ ਮਾਰ ਕੇ ਇਹਨਾਂ ਨੇ ਇੱਕ ਈਗਲ ਸਟੇਟ ਜਿਹੜੀ ਕੰਪਨੀ ਰੀਅਲ ਸਟੇਟ ਦੀ ਬਣਾਈ ਸੀ ਅਤੇ ਲੋਕਾਂ ਨੂੰ ਜ਼ਮੀਨ ਦੇ ਇਹਨਾਂ ਨੇ ਕਬਜ਼ੇ ਕਰਕੇ ਠੱਗੀ ਮਾਰ ਕੇ ਲੋਕਾਂ ਦੇ ਨਾਲ 7 ਕਰੋੜ 61 ਲੱਖ ਰੁਪਏ ਦੀ ਠੱਗੀ ਜਿਹੜੀ ਮਾਰੀ ਗਈ ਸੀ। ਉਸ ਦੇ ਮੁਤਾਬਕ ਅਸੀਂ ਇੱਥੇ ਇਨਕੁਆਇਰੀ ਤੋਂ ਬਾਅਦ ਗੁਰੂ ਸਾਹਿਬ ਵਿਖੇ ਪਰਚਾ ਦਰਜ ਕੀਤਾ ਸੀ। ਅੱਜ ਅਸੀਂ ਉਸਦਾ ਮੇਨ ਜਿਹੜਾ ਮੈਨੇਜਰ ਹੈਗਾ ਪਰਮਜੀਤ ਸਿੰਘ ਸਨ ਆਫ ਸੁਰਜੀਤ ਸਿੰਘ, ਇਹ ਗੁਜਰਾਂ ਪਿੰਡ ਹੈਗਾ ਜਲੰਧਰ ਦੇ ਵਿੱਚ, ਅਸੀਂ ਅੱਜ ਨਕੋਦਰ ਤੋਂ ਅਸੀਂ ਇਹਨੂੰ ਗ੍ਰਿਫਤਾਰ ਕਰਕੇ ਲਿਆਂਦਾ ਹੈ ਸਾਡੇ ਏਸੀ ਦਰਸ਼ਨ ਲਾਲ ਨੇ, ਅਤੇ ਅੱਜ ਇਹਦੀ ਅਸੀਂ ਅਰੈਸਟ ਪਾ ਲਈ ਹੈ। ਇਹਦੀ ਪੁੱਛਗਿੱਛ ਮੁਤਾਬਕ 16-17 ਲੱਖ ਦੇ ਕਰੀਬ ਇਹ ਕਹਿੰਦਾ ਕਿ ਮੇਰੇ ਇਸੇ ਪੈਸੇ ਆਏ ਸਨ। ਇਹਦੀ ਪੁੱਛਗਿੱਛ ਜਾਰੀ ਹੈ, ਹੋਰ ਇਹਦਾ ਰਿਮਾਂਡ ਲੈ ਕੇ ਹੋਰ ਅੱਗੇ ਪੁੱਛਗਿੱਛ ਕੀਤੀ ਜਾਊਗੀ। ਇਹਦੇ ਵਿੱਚ ਮੇਨ ਮੁਲਜ਼ਮ ਸੁਰਜੀਤ ਸਿੰਘ ਅਤੇ ਉਸਦੀ ਇੱਕ ਪਤਨੀ ਹੈ ਜਿਹੜੀ, ਉਹਦੀ ਗ੍ਰਿਫਤਾਰੀ ਬਾਕੀ ਹੈ, ਉਹਨਾਂ ਨੂੰ ਵੀ ਜਲਦੀ ਗ੍ਰਿਫਤਾਰ ਕਰ ਲਿਆ ਜਾਊਗਾ।